की डिटेल्स है। ਸਭ ਤੋਂ ਪਹਿਲਾਂ ਤਾਂ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ SSP ਆਫਿਸ 'ਚ ਪਹੁੰਚਣ 'ਤੇ ਆਪ ਸਭ ਦਾ ਸਵਾਗਤ ਹੈ। ਦੁਸਹਿਰੇ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ। ਅਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਇੱਕ ਵੱਡੀ ਜਿਹੜੀ ਹੈ ਵਾਰਦਾਤ ਹੈ ਉਹ ਟਰੇਸ ਕੀਤੀ ਗਈ ਹੈ। ਇਨਫੈਕਟ ਇਹ ਜਿਹੜੀ ਵਾਰਦਾਤ ਹੈ ਜਿਹੜੀ 18 ਸਪਤੰਬਰ 2024 ਨੂੰ ਗੋਪਾਲਪੁਰਾ ਪਿੰਡ ਜਿੱਥੇ ਇੱਕ HDFC ਬੈਂਕ 'ਚ ਡਕੈਤੀ ਹੋਈ ਸੀ ਅਤੇ ਉਹਦੇ ਜਿਹੜੇ ਦੋਸ਼ੀ ਨੇ ਉਹ ਆਈਡੈਂਟੀਫਾਈ ਹੋ ਗਏ ਸਨ ਅਤੇ ਕੱਲ੍ਹ ਉਹਨਾਂ ਦੇ ਵਿੱਚੋਂ ਜਿਹੜਾ ਹੈ ਇੱਕ ਦੀ ਜਿਹੜੀ ਹੈ ਗ੍ਰਿਫਤਾਰੀ ਹੋਈ ਹੈ। ਕਿਉਂਕਿ ਇਹ ਸਾਰੀ ਜਿਹੜਾ ਇਹ ਵਾਰਦਾਤ ਹੈ ਜਦੋਂ ਇਹ ਹੋਈ ਹੈ 18 ਸਪਤੰਬਰ ਨੂੰ, ਉਸ ਤੋਂ ਬਾਅਦ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਜਿਹੜੀਆਂ ਵੱਖੋ ਵੱਖਰੀ ਟੀਮਾਂ ਜਿਹੜੀਆਂ ਇਸ ਵਾਰਦਾਤ ਨੂੰ ਟਰੇਸ ਕਰਨ ਲਈ ਕੰਮ ਕਰ ਰਹੀਆਂ ਸਨ, ਜਿਸ ਦੇ ਵਿੱਚ SHO ਕੱਥੂ ਨੰਗਲ ਉਹਨਾਂ ਦੀ ਆਪਣੀ ਟੀਮ ਅਤੇ CIA ਅੰਮ੍ਰਿਤਸਰ ਦਿਹਾਤੀ ਪੁਲਿਸ ਉਹਨਾਂ ਦੀ ਟੀਮਾਂ ਜਿਹੜੀਆਂ ਹੈ ਉਚੇਚੇ ਤੌਰ 'ਤੇ ਜਿਹੜੀਆਂ ਹੈ ਇਸ ਨੂੰ ਲੀਡ ਕਰ ਰਹੀਆਂ ਸਨ। ਆਫਟਰ ਦਿਸ ਇੰਸੀਡੈਂਟ ਇਹ ਟੀਮਾਂ ਵੱਲੋਂ ਤਕਰੀਬਨ 200 ਕਿਲੋਮੀਟਰ ਦੇ ਕਰੀਬ ਜਿਹੜੀ ਹੈ ਡਿਸਟੈਂਸ ਹੈ ਇਹਦੇ ਕੈਮਰੇ ਹੈ ਉਹ ਚੈੱਕ ਕੀਤੇ ਗਏ ਨੇ ਦੋਨੋਂ ਬੈਕਵਰਡ ਅਤੇ ਫੋਰਵਰਡ ਜਿਹੜੀਆਂ ਹੈ ਡਾਇਰੈਕਸ਼ਨਸ 'ਚ, ਅਤੇ ਸਾਨੂੰ ਕਾਫੀ ਜਿਹੜੀਆਂ ਵਾਈਟਲ ਲੀਡਸ ਵੀ ਮਿਲੀਆਂ ਸੀ। ਕਿਤੇ ਕਿਤੇ ਜਾ ਕੇ ਸਾਡੇ ਜਿਹੜੇ ਹੈਗੇ ਆ ਬਲੈਕ ਸਪੋਟਸ ਕਹਿ ਲਓ, ਬਲਾਈਂਡ ਜਿਹੜਾ ਹੈਗਾ ਉਹ ਆ ਜਾਂਦਾ ਸੀ ਅਤੇ ਸਾਨੂੰ ਫਿਰ ਦੁਬਾਰਾ ਉੱਥੇ ਵਰਕ ਕਰਨਾ ਪੈਂਦਾ ਸੀ। ਕਿਤੇ ਜਾ ਕੇ ਮੋੜ 'ਤੇ 4 ਮੋੜ ਆ ਜਾਂਦੇ ਆ ਮੇਨ ਰੋਡ 'ਤੇ ਜਾ ਕੇ, ਇਸ ਤਰੀਕੇ ਨਾਲ ਸਾਨੂੂੰ ਕਾਫੀ ਜਿਹੜਾ ਇਹਦੇ 'ਚ ਜਿਹੜੇ ਹਾਰਡ ਵਰਕ ਕਰਨਾ ਪਿਆ ਅਤੇ ਇਸੇ ਹਾਰਡ ਵਰਕ ਦਾ ਨਤੀਜਾ ਹੈ ਕਿ ਅਸੀਂ ਜਿਹੜਾ ਹੈ ਇਸ ਕੇਸ ਨੂੰ ਟਰੇਸ ਕਰਨ ਦੇ ਵਿੱਚ ਕਾਮਯਾਬ ਹੋਏ ਹਨ। ਇਸ ਪੂਰੇ ਜਿਹੜੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਜਿਹੜੇ 5 ਵਿਅਕਤੀ ਸਨ, 2 ਮੋਟਰਸਾਈਕਲਸ 'ਤੇ ਆਏ ਸਨ, ਔਰ ਜਿਵੇਂ ਕਿ ਤੁਹਾਡੇ ਨਾਲ ਨਾਮ ਵੀ ਸ਼ੇਅਰ ਕੀਤੇ ਗਏ ਹਨ, ਇਹਦੇ ਵਿੱਚ ਬਲਦੇਵ ਸਿੰਘ ਏਲੀਆਸ ਹਰਮਨ ਜੋ ਕਿ ਨਾਨਕਸਰ ਮੁਹੱਲਾ ਤਰਨ ਤਾਰਨ ਦਾ ਰਹਿਣ ਵਾਲਾ ਹੈ, ਜਿਹੜਾ ਦੂਜਾ ਦੋਸ਼ੀ ਸੀ ਕੰਨੂ ਕਰਨਵੀਰ ਸਿੰਘ ਕੰਨੂ ਜਿਹੜਾ ਹੈ ਇਹ ਵੀ ਜਿਹੜਾ ਤਰਨ ਤਾਰਨ ਦਾ ਰਿਹਾਇਸ਼ੀ ਹੈ, ਸ਼ੀਰੂ ਇਹ ਵੀ ਇੱਕ ਤਰਨ ਤਾਰਨ ਦਾ ਰਿਹਾਇਸ਼ੀ ਹੈ, ਇਸਦਾ ਪੂਰਾ ਨਾਂ ਕਸ਼ਮੀਰ ਸਿੰਘ ਏਲੀਆਸ ਸ਼ੀਰੂ ਹੈ। ਇਸ ਤੋਂ ਇਲਾਵਾ ਇਹਨਾਂ ਦਾ ਇੱਕ ਸਹਿਯੋਗੀ ਸੀ ਸ਼ਰਨਵੀਰ ਜੋ ਕਿ ਅਜੇ ਇਸ ਇਹਨਾਂ ਦੀ ਗ੍ਰਿਫਤਾਰੀ ਬਾਕੀ ਹੈ। ਇਸ ਤੋਂ ਇਲਾਵਾ ਜਿਹੜਾ ਹੈ ਇਹ ਇੱਥੇ ਦੱਸਣਯੋਗ ਹੈ ਕਿ ਇਹ ਜੋ ਗਰੁੱਪ ਸੀ ਇਹ ਬੇਸਿਕਲੀ ਵਾਰਦਾਤ ਕਰਨ ਵਾਲਾ ਇਹ 2 ਹਿੱਸਿਆਂ 'ਚ ਵੰਡਿਆ ਹੋਇਆ ਸੀ ਅਤੇ ਉਹ 5 ਦੀ ਜਿਹੜੀ ਹੈਗੀ ਹੈ ਆਈਡੈਂਟੀਫਿਕੇਸ਼ਨ ਹੈ ਉਹ ਹੋ ਚੁੱਕੀ ਹੈ। ਜਿਹੜਾ ਮੇਨ ਦੋਸ਼ੀ ਹੈ ਕਰਨ ਕਸ਼ਮੀਰ ਸਿੰਘ ਏਲੀਆ ਸ਼ੀਰੂ ਇਸ ਦੀ ਜਿਹੜੀ ਹੈ ਕੱਲ੍ਹ ਗ੍ਰਿਫਤਾਰੀ ਹੋਈ ਹੈ। ਇੱਥੇ ਜ਼ਿਕਰਯੋਗ ਹੈ ਕਿ ਸਾਡੀ ਜਿਹੜੀ ਟੀਮਾਂ ਸੀ ਉਹ ਇਹਨਾਂ ਦੋਸ਼ੀਆਂ ਦੇ ਪਿੱਛੇ ਲੱਗੀਆਂ ਹੋਈਆਂ ਸਨ। ਕੱਲ੍ਹ ਜਦੋਂ ਸਾਨੂੰ ਇਹ ਇਨਫੋਰਮੇਸ਼ਨ ਮਿਲੀ ਕਿ ਇਹ ਮੰਡ ਏਰੀਆ ਦੇ ਵਿੱਚ ਜਿਹੜਾ ਗੋਇੰਦਵਾਲ ਸਾਹਿਬ ਦੇ ਲਾਗੇ ਲੱਗਦਾ ਹੈ ਉੱਥੇ ਇਹਦੀ ਜਿਹੜੀ ਹੈ ਲੋਕੇਸ਼ਨ ਆ ਰਹੀ ਹੈ, ਸਾਡੀਆਂ ਜਿਹੜੀਆਂ ਟੀਮਾਂ ਹੈ ਉਹ ਉੱਥੇ ਪਹੁੰਚੀਆਂ ਅਤੇ ਜਦੋਂ ਇਹਦੀ ਜਿਹੜੀ ਹੈ ਨਿਸ਼ਾਨਦੇਹੀ ਹੋ ਗਈ ਕਿ ਇਹ ਇੱਥੇ ਫਿਰਦਾ ਹੈ ਅਤੇ ਅਸੀਂ ਜਿਹੜਾ ਹੈ ਇਹਨੂੰ ਪੂਰੀ ਵਾਰਨਿੰਗ ਦੇ ਕੇ ਪ੍ਰੋਪਰ ਪ੍ਰੋਸੀਜਰ ਦੇ ਤਹਿਤ ਜਿਹੜਾ ਹੈ ਇਹਨੂੰ ਵਾਰਨਿੰਗ ਦਿੱਤੀ ਗਈ, ਪਰ ਇਸ ਵੱਲੋਂ ਜਿਹੜਾ ਹੈ ਪੁਲਿਸ 'ਤੇ ਇਹ ਫਾਇਰਿੰਗ ਵੀ ਕੀਤੀ ਗਈ ਹੈ। ਫੋਰਚੁਨੇਟਲੀ ਸਾਡੀ ਪਾਰਟੀ ਜਿਹੜੀ ਆ ਉਹਨਾਂ ਨੇ ਜਿਹੜਾ ਹੈ ਸਾਈਡ 'ਤੇ ਆ ਕੇ ਬਚੇ ਆ। ਉਸ ਤੋਂ ਬਾਅਦ ਜਿਹੜੀ ਹੈ ਪੁਲਿਸ ਵੱਲੋਂ ਜਿਹੜਾ ਫਾਇਰਿੰਗ ਹੋਈ ਹੈ ਜਵਾਬੀ ਫਾਇਰਿੰਗ ਹੋਈ ਹੈ ਉਹਦੇ ਗੋਡੇ ਵਿੱਚ ਲੱਗੀ ਹੈ ਅਤੇ ਇਹ ਇੰਜਰਡ ਹੋਇਆ। ਉਸ ਤੋਂ ਬਾਅਦ ਇਮੀਡੀਏਟਲੀ ਜਿਹੜਾ ਹੈ ਇਸ ਨੂੰ ਜਿਹੜਾ ਲੋਕਲ ਹੋਸਪਿਟਲ ਗੋਇੰਦਵਾਲ ਸਾਹਿਬ ਜਿਹੜਾ ਹੈ ਦਾਖਲ ਕਰਾਇਆ ਗਿਆ। ਉਸ ਤੋਂ ਬਾਅਦ ਇਹਨੂੰ ਸ਼ਿਫਟ ਕੀਤਾ ਗਿਆ ਹੈ ਗੁਰੂ ਨਾਨਕ ਹੋਸਪਿਟਲ। ਉੱਥੋਂ ਮੌਕੇ ਤੋਂ 3 ਖੋਲ ਵੀ ਬਰਾਮਦ ਹੋਏ ਜੋ ਇਹਨੇ ਪੁਲਿਸ ਪਾਰਟੀ 'ਤੇ ਫਾਇਰ ਕੀਤੇ ਸੀ। ਨਾਲ ਹੀ ਜਿਹੜੀ ਹੈ ਇਸ ਦੀ ਜਿਹੜੀ ਵੈਪਨ ਹੈ 32 ਬੋਰ ਦਾ ਵੈਪਨ ਹੈ, ਦੇਸੀ ਪਿਸਟਲ ਹੈ, ਉਹ ਵੀ ਰਿਕਵਰ ਹੋਇਆ। ਇੱਕ 307 ਦਾ ਜਿਹੜਾ ਪਰਚਾ ਹੈ ਗੋਇੰਦਵਾਲ ਸਾਹਿਬ ਥਾਣਾ ਜਿਹੜਾ ਹੈ ਜ਼ਿਲ੍ਹਾ ਤਰਨਤਾਰਨ ਉੱਥੇ ਵੀ ਜਿਹੜਾ ਹੈ ਦਰਜ ਕਰਾਇਆ ਗਿਆ। ਸੋ ਇਸ ਤਰੀਕੇ ਨਾਲ ਸਾਡਾ ਜਿਹੜਾ ਹੈ ਕੇਸ ਜਿਹੜਾ ਹੈ ਟਰੇਸ ਹੁੰਦਾ ਹੈ। ਇਸ ਦੇ ਜਿਹੜੇ ਸਾਥੀ ਨੇ ਉਹ ਆਲਰੇਡੀ ਆਈਡੈਂਟੀਫਾਈਡ ਨੇ, ਸਾਡੀ ਪੁਲਿਸ ਪਾਰਟੀਜ਼ ਜਿਹੜੀਆਂ ਨੇ ਉਹ ਇਹਨਾਂ ਦੇ ਪਿੱਛੇ ਲੱਗੀਆਂ ਹੋਈਆਂ ਨੇ ਅਤੇ ਜਲਦੀ ਉਹਨਾਂ ਦੀ ਵੀ ਗ੍ਰਿਫਤਾਰੀ ਹੋ ਜਾਏਗੀ। ਜਿੱਥੋਂ ਤੱਕ ਇਹਨਾਂ ਦੀ ਰਿਕਵਰੀ ਦਾ ਸਵਾਲ ਹੈ, ਪੈਸੇ ਦੀ ਜੋ ਇਹਨਾਂ ਨੇ 24 ਲੱਖ ਦੇ ਕਰੀਬਨ ਜੋ ਬੈਂਕ ਵੱਲੋਂ ਸਾਨੂੰ ਦੱਸਿਆ ਗਿਆ ਸੀ ਉਹ ਇਹਨਾਂ ਨੇ ਆਪਸ ਦੇ ਵਿੱਚ ਜਿਹੜੇ ਆਫਟਰ ਵਾਰਦਾਤ ਹੈ ਉਹ ਆਪਸ 'ਚ 5-5 ਲੱਖ ਰੁਪਏ ਜਿਹੜੇ ਹੈ ਉਹ ਡਿਸਟ੍ਰੀਬਿਊਟ ਕਰ ਲਏ ਸਨ। ਕਿਉਂਕਿ ਇਹ 4 ਬੰਦੇ ਅਜੇ ਵੀ ਜਿਹੜੇ ਹੈਗੇ ਆ ਫੜਨੇ ਬਾਕੀ ਨੇ ਅਤੇ ਜਿਹੜੀ ਬਾਕੀ ਜਿਹੜੀ ਪੈਸਿਆਂ ਦੀ ਡਿਟੇਲ ਹੈ ਉਹ ਅਸੀਂ ਜਿਹੜੀ ਮੁੱਢਲੀ ਪੁੱਛਗਿੱਛ ਹੈ ਉਸ ਤੋਂ ਸਾਨੂੰ ਥੋੜ੍ਹੀ ਬਹੁਤ ਪਤਾ ਲੱਗੀ ਹੈ ਉਹ ਸ਼ੇਅਰ ਕਰ ਰਹੇ ਹਾਂ। ਜਿਵੇਂ ਕਿ 1 ਲੱਖ ਜਿਹੜੀ ਹੈ ਇਹ ਮਨਾਲੀ ਇਹ ਖਿਸਕ ਗਏ ਸਨ, ਉੱਥੇ ਇਹਨਾਂ ਨੇ ਖਰਚੀ ਹੈ। 4 ਲੱਖ ਇੱਕ ਇਹਨਾਂ ਨੇ ਇਮੀਗ੍ਰੇਸ਼ਨ ਵਾਸਤੇ ਇੱਕ ਕਿਸੇ ਏਜੰਟ ਨੂੰ ਦਿੱਤੀ ਹੈ, ਉਹ ਇਹ ਬਾਹਰ ਜਾਣ ਦਾ ਇਹਨਾਂ ਦਾ ਇਰਾਦਾ ਸੀਗਾ। ਇਸ ਤੋਂ ਇਲਾਵਾ ਜਿਹੜਾ ਹੈ ਇੱਕ ਜਿਹੜਾ ਹੈ ਕਰਨਵੀਰ ਹੈ ਉਸਦੀ ਮਾਤਾ ਦੇ ਅਕਾਊਂਟ ਦੇ ਵਿੱਚ 2 ਲੱਖ ਜਿਹੜੇ ਗਏ ਨੇ ਅਸੀਂ ਉਹ ਫਰੀਜ਼ ਕਰਾਈ। ਇਹਨਾਂ ਦਾ ਕੋਈ ਪਲਾਨ ਸੀ ਕੋਈ ਗੱਡੀ ਵਗੈਰਾ ਖਰੀਦਣ ਦਾ,
असी उस जो मुतलक जोड़ा है वो सारी कार्रवाई भी की है। सो वह पैसे जोड़े वो फ्रीज़ हो गए हैं। इस तो अलावा इन्हों जोड़ा है शह देने वाला जोड़ा है सतनाम सिंह पुत्र सुचा सिंह जो कि बलदेव सिंह एलियस हरमन का जो भरा है जिन्हों इस सारी चीज़ का पता से उसकी असी गिरफ्तारी कर ली है। सो हुण तक जी है जोड़े इस पूरे के पूरे वारदात के पांच मेन एक्यूज के दो जोड़े इन जो इन्हों ठार देने वाले ने शैल्टर देने वाले ने उन्होंने जी है गिरफ्तारी प्रॉपर होएगी। दो की जी गिरफ्तारी हो चुकी है तो बाकी जोड़े है वह भी जल्दी गिरफ्तार